ਹੈਲੋ ਸਟੂਡੈਂਟ ਆਪਾਂ ਕਰ ਰਹੇ ਹਾਂ 8.4 ਐਕਸਰਸਾਈਜ਼ ਦਸਵੀਂ ਕਲਾਸ ਦਾ ਮੈਥ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲ ਸੰਬੰਧਿਤ NCERT ਇਹ 8.4 ਐਕਸਰਸਾਈਜ਼ ਦਾ 3rd ਸਵਾਲ ਜਿੰਦੀ ਸਟੇਟਮੈਂਟ ਤੁਸੀਂ ਵੇਖ ਰਹੇ ਹੋ sin² θ 63 ਹੈ sin² 27° ਹੈ cos² 17° cos² 73° ਹੈ ਇੰਦੇ ਵਿੱਚ ਦੋ ਫਾਰਮੂਲੇ ਯੂਜ਼ ਹੋਣਗੇ sin²θ cos²(90-θ) ਜਾਂ ਫਿਰ cos²θ sin²(90-θ) ਤਾਂ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਕਿ ਉਰੇ sin² 63° ਦਿੱਤਾ ਹੋਇਆ sin² 27° ਦਿੱਤਾ ਹੋਇਆ ਤਾਂ ਆਪਾਂ ਦਾ sin ਦੀ ਵੈਲਿਊ ਹੈ ਜਿਹੜੀ ਆਹ ਦਿੱਤੀ ਹੋਈ ਹੈ ਆਪਾਂ ਨੂੰ ਤਾਂ ਆਪਾਂ ਇਹ ਵੈਲਿਊ ਭਰਾਂਗੇ sin² (90-θ) sin² 27° by ਤਾਂ ਇਹਦੇ ਵਿੱਚ ਆਪਾਂ cos ਦੀ ਵੈਲਿਊ ਲਵਾਂਗੇ this one ਠੀਕ ਹੈ cos² 90 θ cos² 73° ਠੀਕ ਹੈ ਆਪਾਂ ਵੈਲਿਊਜ਼ ਲੈ ਲਈਆਂ ਜੋ ਆਪਾਂ ਉੱਪਰਲੀ ਸਟੇਟਮੈਂਟ ਸੀ ਉੱਪਰਲੀ ਸਟੇਟਮੈਂਟ ਦੇ ਆਪਾਂ ਥਿਸ ਵੈਲਿਊ ਲਈ ਹੈਗੀ ਐ ਤੇ ਜੋ ਨੀਚੇ ਸਟੇਟਮੈਂਟ ਸੀ ਨੀਚਲੇ ਦੇ ਵਿੱਚ ਆਪਾਂ ਥਿਸ ਵੈਲਿਊ ਲਈ ਹੈ ਤਾਂ ਹੁਣ ਇਹ ਕੀ ਬਣ ਜੇਗਾ ਇਹ ਬਣ ਜੇਗਾ sin² 90 θ ਦੀ ਵੈਲਿਊ ਆਪਾਂ ਨੂੰ ਦਿੱਤੀ ਹੋਈ ਐ 63 sin² 27 ਬਾਈ ਲਗਾ ਦਾਂਗੇ ਇਹ ਬਣ ਜੇਗਾ राजे cos² 90 θ ਦੀ ਵੈਲਿਊ ਆਪਾਂ ਨੂੰ ਦਿੱਤੀ ਹੋਈ ਐ 17

ਸੋਲਵ ਹੋਣਾ ਸੀਗਾ ਹੁਣ ਆਪਾਂ ਕਰਦੇ ਹਾਂ ਅਗਲਾ ਸਮ ਐਂ ਦੇ ਵਿੱਚ ਤੁਸੀਂ ਦੇਖ ਰਹੇ ਹੋ sin 25 ਡਿਗਰੀ ਹੈ ਵਿਚਾਲੇ ਗੁਣਾ ਦਾ ਨਿਸ਼ਾਨ ਹੈ cos 65 ਡਿਗਰੀ ਹੈ ਪਲੱਸ cos 25 ਡਿਗਰੀ ਹੈ ਗੁਣਾ sin 65 ਡਿਗਰੀ ਹੈ ਪਹਿਨ ਦੇ ਵਿੱਚ ਆਪਾਂ sin ਦੀ ਵੈਲਿਊ ਭਰ ਲਾਂਗੇ sin 90 90 θ ਗੁਣਾ cos 65 ਪਲੱਸ cos 90 θ ਮਲਟੀਪਲਾਈ

ਤੇ 90 ਦੇ ਵਿੱਚੋਂ 25 ਆਪਾਂ ਘਟਾ ਦਾਂਗੇ ਆਪਣੇ ਕੋਲੇ ਆ ਜਾਏਗਾ 65 ਮਲਟੀਪਲਾਈ cos 65 ਪਲੱਸ ਇਹ ਕਿਸ ਚੀਜ਼ ਦੇ ਬਰਾਬਰ ਹੁੰਦਾ ਹੈ sin 65 65 ਮਲਟੀਪਲਾਈ sin 65 ਬਣ ਜਾਏਗਾ ਤਾਂ cos ਇੱਥੇ ਦੇਖ ਰਹੇ ਹੋ ਤੁਸੀਂ θ ਦੀ ਵੈਲਿਊ ਸੇਮ ਹੋ ਗਈ ਆ ਤਾਂ θ ਦੀ ਵੈਲਿਊ ਸੇਮ ਹੋ ਗਈ cos ਨੂੰ ਜਦੋਂ cos ਨਾਲ ਮਲਟੀਪਲਾਈ ਕਰਾਂਗੇ ਤਾਂ ਇਹ ਬਣ ਜਾਏਗਾ cos² θ 65 sin ਜੇ ਜਦੋਂ sin ਨਾਲ ਮਲਟੀਪਲਾਈ ਕਰਾਂਗੇ ਤਾਂ ਇਹ ਬਣ ਜਾਏਗਾ sin² θ 65 ਤਾਂ ਤੁਸੀਂ ਵੇਖ ਰਹੇ ਹੋ θ ਦੀ ਵੈਲਿਊ ਬਰਾਬਰ ਹੈ ਤਾਂ sin² θ cos² θ 1 ਹੁੰਦਾ ਇਸ ਤਰੀਕੇ ਦੇ ਨਾਲ ਆਪਾਂ 8.4 ਐਕਸਰਸਾਈਜ਼ ਦੀ ਤੀਜੀ ਢੱਬੀ ਦੇ ਦੋਨੀਆਂ ਆਪਸ਼ਨਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਹੱਲ ਕਰ ਸਕਦੇ ਹਾਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਮੇਰਾ ਇਹ ਪੜਾਉਣ ਦਾ ਤਰੀਕਾ ਪਸੰਦ ਆਇਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਨੈਕਸਟ ਵੀਡੀਓ ਵਿੱਚ ਫੇਰ ਮਿਲਾਂਗੇ ਫੋਰਥ ਸਮ ਲੈ ਕੇ ਤੇ ਉਸ ਦੀਆਂ ਆਪਸ਼ਨਰ ਲੈ ਕੇ ਅੱਜ ਲਈ ਇੰਨਾ ਹੀ ਵਿਸ਼ਵ ਵੈਰੀ ਵੈਰੀ 올 द बेस्ट थैंक यू ਬਾਏ